ਇਹ ਸੀਡੀ ਜਾਦੂਈ ਤਰੀਕੇ ਨਾਲ ਹਵਾ ਵਿੱਚ ਤੈਰੇਗੀ। ਇਹ ਬਣਾਉਣੀ ਵੀ ਬਹੁਤ ਸੌਖੀ ਹੈ। ਇਸ ਲਈ ਤੁਹਾਨੂੰ ਬਹੁਤ ਸਾਰੇ ਚੁੰਬਕ, ਪੁਰਾਣੀਆਂ ਸੀਡੀਆਂ ਅਤੇ ਇੱਕ ਸੀਡੀ ਵਾਲਾ ਡੱਬਾ ਚਾਹੀਦਾ ਹੈ। ਸੀਡੀ ਵਾਲੇ ਡੱਬੇ ਵਿੱਚੋਂ ਸਾਰੀਆਂ ਸੀਡੀਆਂ ਬਾਹਰ ਕੱਢ ਦਿਓ। ਹੁਣ ਉਸ ਵਿੱਚ ਸਿਰਫ ਥੱਲਾ ਅਤੇ ਵਿਚਕਾਰ ਵਾਲੀ ਡੰਡੀ ਰਹਿ ਜਾਵੇਗੀ। ਉਸ ਡੰਡੀ ਨੂੰ 4 ਸੈਂਟੀਮੀਟਰ ਤੱਕ ਕੱਟ ਲਓ। ਥੱਲੇ ਦੇ ਵਿਚਾਲੇ ਇੱਕ ਪੁਰਾਣੀ ਸੀਡੀ ਰੱਖ ਲਓ। ਥੱਲੇ ਵਾਲੇ ਗੋਲਾਕਾਰ ਦੇ ਸਾਰੇ ਪਾਸੇ ਗੂੰਦ ਲਗਾ ਦਿਓ। ਗੂੰਦ ਨੂੰ ਸੁੱਕ ਜਾਣ ਦਿਓ ਅਤੇ ਚੁੰਬਕ ਨੂੰ ਗੋਲਾਕਾਰ ਵਿੱਚ ਰੱਖ ਦਿਓ। ਚੁੰਬਕਾਂ ਦੇ ਇੱਕੋ ਜਿਹੇ ਪਾਸੇ ਉੱਪਰ ਵੱਲ ਰੱਖ ਕੇ ਉਹਨਾਂ ਦਾ ਗੋਲਾ ਬਣਾ ਲਓ। ਇਸ ਤਰ੍ਹਾਂ ਚੁੰਬਕਾਂ ਨੂੰ ਇੱਕ ਹੋਰ ਸੀਡੀ ਉੱਪਰ ਜੋੜ ਦਿਓ। ਦੂਜੀ ਸੀਡੀ ਦੇ ਚੁੰਬਕਾਂ ਦੇ ਵੀ ਪਾਸੇ ਉਸੇ ਤਰ੍ਹਾਂ ਹੋਣਗੇ ਜਿਹੜੇ ਪਹਿਲੀ ਦੇ ਸੀ। ਥੋੜ੍ਹੀ ਜਿਹੀ ਹੋਰ ਗੂੰਦ ਲਗਾ ਦਿਓ ਤਾਂ ਕਿ ਚੁੰਬਕ ਸੀਡੀ ਨੂੰ ਚੰਗੀ ਤਰ੍ਹਾਂ ਚਿਪਕ ਜਾਣ। ਹੁਣ ਜੇ ਤੁਸੀਂ ਦੂਜੀ ਸੀਡੀ ਨੂੰ ਵੀ ਡੰਡੀ ਵਿੱਚ ਪਾਓਗੇ ਤਾਂ ਸਾਰੀਆਂ ਚੁੰਬਕਾਂ ਦੇ ਪਾਸੇ ਇੱਕੋ ਜਿਹੇ ਹੋਣ ਕਾਰਨ ਚੁੰਬਕ ਇੱਕ ਦੂਜੇ ਨੂੰ ਦੂਰ ਵੱਲ ਧੱਕਣਗੇ। ਸੋ ਇਸ ਤਰ੍ਹਾਂ ਉੱਪਰ ਵਾਲੀ ਸੀਡੀ ਹਵਾ ਵਿੱਚ ਤੈਰਨਾ ਸ਼ੁਰੂ ਕਰ ਦੇਵੇਗੀ। ਤੁਸੀਂ ਜੇ ਉੱਪਰ ਵਾਲੀ ਸੀਡੀ ਨੂੰ ਘੁਮਾਓਗੇ ਤਾਂ ਉਹ ਆਰਾਮ ਨਾਲ ਘੁੰਮੇਗੀ। ਉੱਪਰ ਵਾਲੀ ਸੀਡੀ ਚੁੰਬਕੀ ਸ਼ਕਤੀ ਦੇ ਕਾਰਨ ਹਵਾ ਵਿੱਚ ਰਹੇਗੀ। ਉੱਪਰ ਵਾਲੀ ਸੀਡੀ ਦੇ ਨਾਲ ਇੱਕ ਹੈਂਡਲ ਜੋੜ ਦਿਓ। ਇਹ ਉਸ ਨੂੰ ਘੁਮਾਉਣ ਵਿੱਚ ਬਹੁਤ ਮਦਦ ਕਰੇਗੀ। ਹੁਣ ਜਦੋਂ ਤੁਸੀਂ ਉੱਪਰ ਵਾਲੀ ਸੀਡੀ ਨੂੰ ਘੁਮਾਓਗੇ ਤਾਂ ਉਹ ਫ੍ਰਿਕਸ਼ਨ ਨਾ ਹੋਣ ਦੇ ਕਾਰਨ ਬਹੁਤ ਦੇਰ ਤੱਕ ਘੁੰਮਦੀ ਰਹੇਗੀ। ਤੁਸੀਂ ਇਸ ਸੀਡੀ ਉੱਪਰ ਨਿਊਟਨ ਦੀ ਰੰਗਦਾਰ ਡਿਸਕ ਵੀ ਲਗਾ ਸਕਦੇ ਹੋ। ਉਸ ਨੂੰ ਘੁਮਾਉਣ ਨਾਲ ਸਾਰੇ ਰੰਗ ਰਲ ਜਾਣਗੇ ਅਤੇ ਤੁਹਾਨੂੰ ਗ੍ਰੇਇਸ਼ ਜਾਂ ਸਲੇਟੀ ਜਿਹਾ ਰੰਗ ਮਿਲੇਗਾ।